ਇਹ ਮੈਂ ਲੇਡੀ ਸਵੈਟਰ ਬਣਾਇਆ ਹੋਇਆ, ਇਹਦੇ 'ਚ ਜਿਹੜਾ ਡਿਜ਼ਾਇਨ ਪਾਇਆ ਹੋਇਆ ਉਹ ਤੁਹਾਨੂੰ ਪਾ ਕੇ ਮੈਂ ਦੱਸ ਰਹੀ ਹਾਂ ਇਹ ਕਿਵੇਂ ਪਹਿਨਣਾ ਹੈ। ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਤੁਹਾਨੂੰ ਮਿਲਦੀ ਰਹੂਗੀ। ਅਤੇ ਡਿਜ਼ਾਇਨ ਹੈ ਵੀ ਬਹੁਤ ਈਜ਼ੀ ਆ, ਦੋ ਸਿਲਾਈਆਂ ਦਾ ਡਿਜ਼ਾਇਨ ਹੈ। ਇਹਦਾ ਬਾਰਡਰ ਵੀ ਬਣਾ ਸਕਦੇ ਹੋ ਤੁਸੀਂ, ਮਫਲਰ ਕੀ ਵੀ ਪਾ ਸਕਦੇ ਹੋ। ਅਤੇ ਚਾਰ ਫੰਦੇ ਉਲਟਾ ਲੈ ਲਿਆ ਮੈਂ। ਹੁਣ ਧਾਗਾ ਡਬਲ ਪਿੱਛੇ ਕਰਕੇ ਜਿਹੜਾ ਧਾਗਾ ਖਿੱਚਣਾ ਨਹੀਂ ਉਹਦੇ ਨਾਲ ਅਸੀਂ ਦੋ ਫੰਦੇ ਬੁਣਨੇ ਨੇ। ਬੁਣ ਲਏ, ਇਹ ਫਿਰ ਧਾਗਾ ਖਿੱਚ ਦਿੱਤਾ, ਫਿਰ ਧਾਗਾ ਅੰਦਰ ਕੀਤਾ, ਇਹ ਚਾਰ ਫੰਦੇ ਉਲਟੇ ਬੁਣੇ, ਫਿਰ ਧਾਗਾ ਡਬਲ ਕਰਕੇ ਜਿਹੜਾ ਫੰਦਾ ਖਿੱਚੇਦਾ ਨਹੀਂ ਇਹਦੇ ਨਾਲ ਬੁਣਾਈ ਪਾਉਣੀ ਹੈ। ਦੋ ਫੰਦੇ ਉਲਟੇ ਬੁਣੇ, ਫਿਰ ਧਾਗਾ ਖਿੱਚ ਦਿੱਤਾ, ਫਿਰ ਧਾਗਾ ਅੰਦਰ ਕੀਤਾ, ਡਬਲ ਧਾਗਾ ਕਰਿਆ, ਫਿਰ ਧਾਗਾ ਅੰਦਰ ਕੀਤਾ, ਦੋ ਫੰਦੇ ਉਲਟੇ ਬੁਣੇ, ਖਿੱਚ ਦਿੱਤੇ, ਫਿਰ ਚਾਰ ਫੰਦੇ ਉਲਟੇ। ਇਹਦੇ 'ਚ ਕੁਛ ਨਹੀਂ ਹੈ, ਉਲਟੀ ਸਿਲਾਈ 'ਚ ਬੂਟੀ ਪੈਣੀ ਹੈ, ਸਿੱਧੀ 'ਚ ਡਿਜ਼ਾਇਨ ਪੈਣਾ, ਦੋ ਸਿਲਾਈਆਂ ਦਾ ਡਿਜ਼ਾਇਨ ਹੈ। ਇਹ ਮੈਂ ਲਾਸਟ 'ਚ ਚਾਰ ਫੰਦੇ ਉਲਟੇ ਛੱਡੇ ਹੋਏ, ਇੱਧਰ ਪਹਿਲਾਂ ਚਾਰ ਬੂਟੇ ਪਾਏ, ਹੁਣ ਉਲਟੀ ਸਿਲਾਈ ਸਾਰੀ ਬੂਟੀ। ਉਲਟੀ ਸਿਲਾਈ ਕੰਪਲੀਟ ਹੋ ਗਈ, ਡਿਜ਼ਾਇਨ ਵੀ ਕੰਪਲੀਟ ਹੋ ਗਿਆ, ਮੈਂ ਪੈਟਰਨ ਬਣਾਇਆ ਹੋਇਆ। ਇੱਕ ਵਾਰੀ ਹੋਰ ਤੁਹਾਨੂੰ ਰਿਪੀਟ ਕਰਕੇ ਦੱਸ ਦਿੰਦੀ ਹਾਂ, ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਤੁਹਾਨੂੰ ਆਉਣ ਵਾਲੀ ਵੀਡੀਓ ਮਿਲਦੀ ਰਹੂਗੀ। ਇਹ ਚਾਰ ਫੰਦੇ ਉਲਟੇ ਬਣਾ ਲਏ, ਧਾਗਾ ਡਬਲ ਕਰਕੇ ਦੋ ਨਾਲ ਬੁਣ ਲਿਆ, ਫਿਰ ਧਾਗਾ ਖਿੱਚ ਦਿੱਤਾ, ਫਿਰ ਅੰਦਰ ਧਾਗਾ ਦਿੱਤਾ, ਚਾਰ ਫੰਦੇ ਉਲਟੇ, ਮੈਂ ਗੈਪ ਦਿੱਤਾ ਚਾਰ ਚਾਰਾਂ ਦਾ, ਤੁਸੀਂ ਦੋ ਦਾ ਵੀ ਦੇ ਸਕਦੇ ਹੋ, ਬਾਰਡਰ 'ਚ ਵੀ ਪਾ ਸਕਦੇ, ਇਹਨੂੰ ਪੂਰਾ ਸਵੈਟਰ ਵੀ ਬਣਾ ਸਕਦੇ ਹੋ, ਲੇਡੀਜ਼ ਜੈਂਟਸ ਬੱਚੇ। ਇਹ ਸਿੱਧੀ ਸਿੱਧੀ 'ਚ ਪੈਣਾ, ਉਲਟੀ 'ਚ ਨਹੀਂ ਪੈਣਾ। ਪਹਿਲਾਂ ਮੈਂ ਇਹ ਦੋ ਫੰਦਿਆਂ 'ਤੇ ਪਾ ਕੇ ਦਿਖਾਇਆ ਪਿਛਲੀ ਵਾਰੀ, ਹੁਣ ਇਹ 'ਚ ਛੇ ਫੰਦਿਆਂ 'ਤੇ ਡਿਜ਼ਾਇਨ ਪਾਇਆ ਹੋਇਆ, ਚਾਰ ਉਲਟੇ ਮਿਲ ਲਏ, ਦੋ 'ਤੇ ਅਸੀਂ ਧਾਗਾ ਖਿੱਚ ਲਿਆ, ਧਾਗਾ ਡਬਲ ਕਰਕੇ, ਅਤੇ ਛੇ 'ਚ ਬਣ ਗਿਆ। ਹੁਣ ਇਹ ਲਾਈਨਿੰਗ ਲਾਈਨਿੰਗ ਆ ਗਈ, ਪੈਟਰਨ ਮੈਂ ਬਣਾਇਆ ਹੋਇਆ, ਇਹ ਉਲਟੀ ਸਿਲਾਈ 'ਤੇ ਆ ਗਏ, ਬਸ ਹੁਣ ਡਿਜ਼ਾਇਨ ਕੰਪਲੀਟ ਹੈ। ਇਹ ਡਿਜ਼ਾਇਨ ਹੁਣ ਕੰਪਲੀਟ ਆ, ਇਹ ਪੈਟਰਨ ਬਣਾਇਆ ਹੋਇਆ ਮੈਂ, ਤੁਹਾਨੂੰ ਇਸ ਤਰ੍ਹਾਂ ਬਣਨਾ। ਥੱਲੇ ਮੈਂ ਕਾਲੇ ਸਵੈਟਰ 'ਚ ਪਾਇਆ,
ਲੇਡੀਜ਼ ਸਵੈਟਰ ਬਣਾਇਆ।